ਚੇਂਜ ਕੀਤੇ ਨੇ ਕੱਪੜੇ, ਪਹਿਲਾਂ ਆਹ ਡਰੈਸ ਸੀਗੀ ਆਹ ਦੇਖੋ ਆਹ ਵਾਲੀ, ਹੁਣ ਅਸੀਂ ਆਹ ਵਾਲੀ ਡਰੈਸ ਪਾਈ ਹੈ ਤੇ ਕਿੰਨੀ ਸੋਹਣੀ ਲੱਗਦੀ ਹੈ। ਮੈਂ ਨਾ ਇੱਕ ਉਹ ਦੇਖਿਆ ਸੀ ਚੁਟਕਲਾ ਜਿਹਾ ਸੁਣਾ ਰਹੇ ਸੀ, ਕਹਿੰਦੇ ਜੇ ਬੱਚਿਆਂ ਦੀ ਰੱਬ ਸੁਣਦਾ ਹੁੰਦਾ ਨਾ ਜ਼ਿਆਦਾਤਰ ਤਾਂ ਸਕੂਲ ਬੰਦ ਹੋਣੇ ਸੀ, ਟੀਚਰਾਂ ਦੇ ਹੱਥ ਪੈਰ ਟੁੱਟੇ ਹੋਣੇ ਸੀ। ਜੇ ਤੁਸੀਂ ਮੈਨੂੰ ਦੱਸਿਆ ਸੀ ਆ ਕੇ, ਹਾਂ ਮੈਂ ਤਾਂ ਇਹਨਾਂ ਦਾ ਮਜ਼ਾਕ ਉਡਾ ਰਹੀ ਸੀ, ਪਹਿਲਾਂ ਪਾ ਕੇ ਗਏ ਸੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ। ਅਤੇ ਇਹ ਆ ਨਵਾਂ ਘਰ ਨੰਨੂ ਦਾ, ਅਤੇ ਆਹ ਆ ਗਈ ਡੋਲ ਛੋਟੀ ਜੀ, ਆਹ ਦੇਖੋ। ਅਤੇ ਇਹ ਦੁੱਧੂ ਪੀ ਰਹੀ ਹੈ, ਇਹ ਨੰਨਾ ਸਾਡਾ ਉਹ ਬੇਟਾ। ਹੈਲੋ ਨੰਨਾ, ਹਾਏ ਬੋਲੋ, ਸਤਿ ਸ਼੍ਰੀ ਅਕਾਲ ਬੋਲੋ, ਸਤਿ ਸ਼੍ਰੀ ਅਕਾਲ। ਠੀਕ ਹੈ ਹੁਣ ਤੁਸੀਂ ਓਕੇ ਹੋ? ਅੱਛਾ ਠੀਕ ਹੈ। ਅਤੇ ਇੱਧਰ ਡੋਲ ਹੈ ਜਿਹੜੀ ਨੰਨੂ ਦੀ, ਬਿਊਟੀਫੁੱਲ ਡੋਲ, ਉਹਦੇ ਹੁਣ ਉਹ ਬਣਾਏ ਜਾ ਰਹੇ ਨੇ ਵਾਲ, ਬਣਾਏ ਜਾ ਰਹੇ ਨੇ, ਮਨਪ੍ਰੀਤ ਵਾਲ ਬਣਾ ਰਹੀ ਹੈ ਹੁਣ ਉਹਦੇ। ਆਹ ਦੇਖੋ ਕਿੰਨੇ ਸੋਹਣੇ ਯਾਰ ਲੱਗਦੇ ਨਾ ਵਾਲ, ਵਾਓ ਕਿੰਨੀ ਸੋਹਣੀ ਡੋਲ ਹੈ। ਸ਼ੋਪਿੰਗ ਕਰਨ ਚੱਲੇ, ਅਸੀਂ ਚੇਂਜ ਕੀਤੇ ਨੇ ਕੱਪੜੇ, ਪਹਿਲਾਂ ਆਹ ਡਰੈਸ ਸੀਗੀ ਆਹ ਦੇਖੋ ਆਹ ਵਾਲੀ, ਹੁਣ ਅਸੀਂ ਆਹ ਵਾਲੀ ਡਰੈਸ ਪਾਈ ਹੈ ਤੇ ਕਿੰਨੀ ਸੋਹਣੀ ਲੱਗਦੀ ਹੈ ਯਾਰ। ਨੰਨੂ ਦੀ ਫਰਮਾਇਸ਼ ਤੇ ਜੁੱਤੀ ਕਿੰਨੀ ਸੋਹਣੀ ਹੈ ਯਾਰ ਇਹਦੀ, ਹੀਲ ਪਾਈ ਹੈ ਇਹਦੀ ਰੱਖੀ, ਕੀ ਬਾਤ ਹੈ। ਠੀਕ ਹੈ ਨੰਨੂ, ਕਿੰਨਾ ਸੋਹਣਾ ਲੱਗ ਰਿਹਾ ਨਾ, ਉਹਦੇ ਵੀ ਚੇਂਜ ਕੀਤੇ ਨੇ, ਐ ਇਹਦੇ ਵੀ ਟਿੱਡੀ ਦੇ ਵੀ ਚੇਂਜ ਕੀਤੇ ਆਪਾਂ ਕੱਪੜੇ। ਆ ਇਹਦੇ ਕੱਪੜੇ ਆ ਛੋਟੀ ਦੇ, ਆ ਦੇਖੋ ਆਹ ਛੋਟੀ ਦੇ ਕੱਪੜੇ ਹੈ, ਉਹ ਇੱਕ ਨੀਚੇ ਗਿਰ ਗਿਆ ਸੂਟ ਜਿਹੜਾ ਚੇਂਜ ਕੀਤਾ ਸੀਗਾ, ਅਤੇ ਆਹ ਵੱਡੀ ਦੇ ਕੱਪੜੇ ਹੈ। ਅੱਜ ਨੰਨੂ ਗੱਲਾਂ ਬਹੁਤ ਕਰ ਰਹੀ ਸੀ, ਜਦੋਂ ਨਰਸ ਆਉਂਦੀ ਹੈ ਅਤੇ ਇਹ ਕੁਛ ਨਾ ਕੁਛ ਬੋਲ ਦਿੰਦੀ ਹੈ ਉਹਨੂੰ। ਹੁਣ ਅੱਜ ਕੀ ਬੋਲੀ ਸੀ ਮਨਪ੍ਰੀਤ? ਕਹਿੰਦੀ ਤੁਸੀਂ ਨਾ ਕਿਸੇ ਵੀ ਬੱਚੇ ਦੇ ਟੀਕਾ ਨਾ ਲਗਾਇਓ, ਨਾ ਮੇਰੇ ਕਦੇ ਵੀ ਲਗਵਾਇਓ ਟੀਕਾ। ਉਹ ਵਿਚਾਰੀ ਉਹ ਕਹਿਣ ਲੱਗ ਪਈ ਕਿਤੇ ਮੈਨੂੰ ਸ਼ਰਾਬ ਤਾਂ ਨਹੀਂ ਦੇ ਰਹੀ। ਯਾਰ ਮੈਂ ਨਾ ਇੱਕ ਉਹ ਦੇਖਿਆ ਸੀ ਚੁਟਕਲਾ ਜਿਹਾ ਸੁਣਾ ਰਹੇ ਸੀ, ਕਹਿੰਦੇ ਜੇ ਬੱਚਿਆਂ ਦੀ ਰੱਬ ਸੁਣਦਾ ਹੁੰਦਾ ਨਾ ਜ਼ਿਆਦਾਤਰ ਤਾਂ ਸਕੂਲ ਬੰਦ ਹੋਣੇ ਸੀ, ਟੀਚਰਾਂ ਦੇ ਅੱਡ ਪੈਰ ਟੁੱਟੇ ਹੋਣੇ ਸੀ। ਸਹੀ ਗੱਲ ਹੈ, ਸਕੂਲ ਸਾਰੇ ਬੰਦ ਹੋਣੇ ਸੀ, ਐਵੇਂ ਹੁੰਦਾ ਸੀ, ਅਸੀਂ ਬਹੁਤ ਸ਼ਰਾਬ ਦਿੰਦੇ ਸੀ। ਅੱਜ ਉਹਨੂੰ ਬੁਖਾਰ ਚੜ ਜੇ, ਉਹ ਆਵੇ ਨਾ, ਐਕਸੀਡੈਂਟ ਹੋ ਜੇ, ਮਨ ਚ ਮਤਲਬ ਅਸੀਂ ਗੱਲਾਂ ਕਰਦੇ ਹੁੰਦੇ ਸੀ ਕਿ ਹਾਂ ਅੱਜ ਉਹ ਆਵੇ ਨਾ, ਹਾਂ ਉਹ ਟੀਚਰ ਨਾ, ਅੱਜ ਇਹ ਵਾਲਾ ਪੀਰੀਅਡ ਨਾ ਲੱਗੇ, ਆ ਵਾਲਾ ਪੀਰੀਅਡ ਨਾ ਲੱਗੇ ਸੀ। ਮੈਂ ਹੀ ਨਰਸ ਨੂੰ ਕਹਿ ਰਹੀ ਸੀ, ਕਹਿੰਦੀ ਉਹ ਕਹਿੰਦੀ ਮੈਨੂੰ ਸ਼ਰਾਬ ਦੇ ਰਹੀ ਹੁਣੀ ਪੱਕਾ, ਗਾਲਾਂ ਕੱਢਦੀ ਹੁਣੀ ਅੰਦਰ, ਕਹਿੰਦੀ ਮੈਨੂੰ। ਸਹੀ ਗੱਲ ਹੈ, ਇਹ ਕਰਦੀ ਵੀ ਆਈ ਹੈ ਜਦੋਂ ਨਰਸ ਜਾਂਦੀ ਨਾ ਟੀਕਾ ਵਗੈਰਾ ਲਗਾ ਕੇ ਜਾਂ ਹਨਾ ਬੋਟਲ ਲਗਾ ਕੇ, ਬਾਅਦ ਵਿੱਚ ਗਾਲ ਕੱਢ, ਕਹਿੰਦੀ ਇਹਨੂੰ ਅਕਲ ਨਹੀਂ ਆਈ, ਕਹਿੰਦੀ ਮੇਰਾ ਜਲੂਸ ਕੱਢਤਾ। ਕਾਕਾ ਫਟਾਫਟ ਠੀਕ ਹੋ ਕੇ ਤੇ ਘਰੇ ਚਲ ਜਾਵੇ ਬਸ, ਹੈ ਨਾ ਬੱਬੂ? ਕਿਉਂ ਰੋ ਰਿਹਾ ਹੁਣ? ਲੰਮਾ ਪੈਣਾ, ਚੱਲ ਲੰਮਾ ਪਾ ਦੇ, ਪਾ ਦੇ ਲੰਮਾ। ਹੋਰ ਹੋਰ The next day ਚਲੋ ਕਹਿ ਦੇ ਕੇ ਹੁਣ ਮੈਂ ਚੱਲੇ ਆ ਘਰੇ, ਘਰ ਚੱਲੇ ਆ ਜੀ ਮੈਂ।
ਬੰਦ ਕਰ ਦੋ ਅਜੇ ਨੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਨਵਾਂ ਦਿਨ ਨਵੀਂ ਸ਼ੁਰੂਆਤ ਅਤੇ ਤੁਹਾਡਾ ਸਵਾਗਤ ਹੈ ਫਿਰ ਇੱਕ ਵਾਰ। ਅਤੇ ਆਪਾਂ ਵਲੋਗ ਨੂੰ ਕੰਟੀਨਿਊ ਕਰ ਰਹੇ ਹਾਂ ਕਿਉਂਕਿ ਉਸ ਦਿਨ ਨਨੂ ਰਾਤੀ ਘਰ ਆ ਗਈ ਸੀ, ਹੈ ਨਾ, ਅਤੇ ਤਾਂ ਕਰਕੇ ਹੁਣ ਨਨੂ ਦੀ ਤਬੀਅਤ ਕਾਫੀ ਠੀਕ ਹੈ ਕਿਉਂਕਿ ਉੱਥੇ ਬੰਦਾ ਹੋਸਪਿਟਲ 'ਚ ਰਹਿੰਦਾ ਤਾਂ ਵੈਸੇ ਹੀ ਬਿਮਾਰ ਰਹਿੰਦਾ, ਹੈ ਨਾ, ਬਹੁਤ ਜ਼ਿਆਦਾ ਡਰਦੀ ਸੀ। ਅਤੇ ਹੁਣ ਦਰਵਾਜ਼ੇ ਦਾ ਖੜਕਾ ਹੁੰਦਾ ਸੀ ਨਾ ਨਾਲ ਹੀ, ਕਹਿੰਦੀ ਟੀਕਾ ਤਾਂ ਨਹੀਂ ਲਾਣਗੇ, ਟੀਕਾ ਤਾਂ ਲਾਣਗੇ। ਸਹੀ ਗੱਲ ਹੈ। ਅਤੇ ਹੁਣ ਇਹਦੀ ਤਬੀਅਤ ਕਾਫੀ ਠੀਕ ਹੈ ਹੁਣ ਪਹਿਲਾਂ ਨਾਲੋਂ। ਅਤੇ ਹੁਣ ਮਨਪ੍ਰੀਤ ਹੋਣੀ ਬਣਾਉਣ ਲੱਗੀਆਂ ਰੋਟੀ ਦਾਲ ਵਾਲੀ, ਵਿੱਚ ਦਾਲ ਮਿਕਸ ਕਰਕੇ, ਮਸਾਲਾ ਮਿਕਸ ਕਰਕੇ। ਅਤੇ ਮੈਂ ਚੱਲਾਂ ਹੁਣ ਤਿਆਰ ਹੋ ਕੇ ਕੰਮ 'ਤੇ, ਠੀਕ ਹੈ ਮਨਪ੍ਰੀਤ? ਅਤੇ ਮਨਪ੍ਰੀਤ ਅੱਗੋਂ ਕਮਾਨ ਸੰਭਾਲੇਗੀ ਵਲੋਗ ਦੀ, ਇਹੀ ਸਾਰਾ ਸ਼ੂਟ ਕਰੇ, ਕਮਾਨ ਕਮਾਂਡ, ਅਤੇ ਇਹ ਸਾਰਾ ਅੱਗਿਓਂ ਸ਼ੂਟ ਕਰੇਗੀ, ਰਿਕਾਰਡ ਕਰੇਗੀ, ਠੀਕ ਹੈ ਜੀ। ਪਹਿਲਾਂ ਰੋਟੀ ਦਾ ਟਾਈਮ ਹੈ। ਹਾਂਜੀ ਹਾਂਜੀ। ਅਤੇ ਇੱਧਰ ਨਨੂ ਸਾਡਾ ਫੋਨ 'ਤੇ, ਨਨੂ ਹੁਣ ਹੱਥ ਠੀਕ ਨੇ ਥਾਈ, ਹੱਥ ਠੀਕ ਨੇ? ਮੰਮਾ ਜੀ ਨੇ ਨਾ ਨੂੰਹ ਕੱਟਦੇ ਕੱਟਦੇ ਇਹਦਾ ਮਾੜਾ ਜਿਹਾ ਮਾਸ ਇਹਦਾ ਛਿੱਲਤਾ ਉਂਗਲੀ ਦਾ, ਇਹ ਇੱਧਰ ਉਹਨੂੰ ਤਕਲੀਫ ਹੋ ਰਹੀ। ਚੱਲ ਕੋਈ ਗੱਲ ਨਹੀਂ, ਠੀਕ ਹੋ ਜਾਏਗਾ, ਉਹ ਵੀ ਠੀਕ ਹੋ ਗਿਆ ਨਾ, ਉਹ ਵੀ ਠੀਕ ਹੋ ਜਾਏਗਾ, ਕੋਈ ਗੱਲ ਨਹੀਂ। ਮੇਰਾ ਬੱਚਾ ਉਹਨੇ ਹਨੇਰੇ ਦੇ ਵਿੱਚ ਦੇਖੇ ਨਹੀਂ ਅੱਧੀ, ਬਸ ਨੋ ਕੱਟਣ ਲੱਗ ਗਈ ਇਹਦੇ। ਸਤਿ ਸ਼੍ਰੀ ਅਕਾਲ। ਹੁਣ ਕਿਵੇਂ ਤਬੀਅਤ? ਠੀਕ ਆ। ਹੁਣ ਕਿੱਦਾਂ ਦਾ ਲੱਗ ਰਿਹਾ? ਵਧੀਆ। ਹਾਂਜੀ ਵਧੀਆ ਲੱਗ ਰਿਹਾ। ਵਧੀਆ ਲੱਗ ਰਿਹਾ। ਅੱਛਾ, ਤੇ ਹੁਣ ਡਰ ਤਾਂ ਨਹੀਂ ਲੱਗਦਾ? ਡਰ ਤਾਂ ਨਹੀਂ ਲੱਗਦਾ? ਘਰ ਆ ਕੇ ਕੋਈ ਡਰ ਨਹੀਂ ਲੱਗਿਆ, ਹੈ ਨਾ, ਠੀਕ ਹੋ ਗਿਆ ਘਰ ਆ ਕੇ ਕਾਕਾ, ਹੈ ਨਾ। A few moments later. ਹਾਂਜੀ, ਤੇ ਹੁਣ ਨੰਨੂ ਦੀ ਦਵਾਈ ਲੈਣ ਆਏ ਸੀ, ਉਹਨੂੰ ਚੈੱਕਅਪ ਕਰਾਉਣ ਵਾਸਤੇ ਆਏ ਸੀ ਅਸੀਂ ਹੋਸਪਿਟਲ। ਹੁਣ ਵੇਟ ਕਰ ਰਹੇ ਨੇ ਡਾਕਟਰ ਦਾ, ਕਿ ਜਦੋਂ ਨੰਬਰ ਆਏ ਫਿਰ ਇਹਨੂੰ ਚੈੱਕ ਕਰਵਾਈਏ ਡਾਕਟਰ ਕੋਲ। ਚਲੋ। ਤੇ ਹਾਂਜੀ, ਚੈੱਕਅਪ ਨਨੂ ਦਾ ਕਰਵਾ ਲਿਆ ਹੈ ਨਾ ਨਨੂ? ਹਾਂ, ਕੈਂਡੀ ਦਿੱਤੀ ਸੀ ਡਾਕਟਰ ਨੂੰ ਇਹਨੇ, ਅਤੇ ਹੁਣ ਆਉਣਾ 7 ਦਿਨ ਬਾਅਦ, ਮਤਲਬ 7 ਤਰੀਕ ਨੂੰ ਚੈੱਕਅਪ ਕਰਾਉਣ ਆਉਣਾ। ਹੁਣ ਉਹਨਾਂ ਨੇ ਡਾਕਟਰ ਨੇ ਕਿਹਾ ਵੀ ਨਨੂ ਕਾਫੀ ਠੀਕ ਹੈ ਪਹਿਲਾਂ ਨਾਲੋਂ। ਹਾਂਜੀ, ਅਤੇ ਹੋਸਪਿਟਲ ਆਉਣ ਤੋਂ ਬਾਅਦ ਵੈਸੇ ਨਨੂ ਦਾ ਚੈੱਕਅਪ ਹੋ ਗਿਆ ਸੀ ਸਾਰਾ, ਡਾਕਟਰ ਨੇ ਸਭ ਕੁਛ ਠੀਕ ਦੱਸਿਆ, ਅਤੇ 7 ਤਰੀਕ ਨੂੰ ਉਹਨਾਂ ਨੇ ਦੁਬਾਰਾ ਬੁਲਾਇਆ, ਹੈ ਨਾ। ਅਤੇ ਨਨੂ ਆ ਕੇ ਸੌਂ ਗਈ ਸੀ, ਫਿਰ ਮੈਂ ਵੀ ਕੰਮ ਕਾਰ ਦੇ ਵਿੱਚ ਬਿਜ਼ੀ ਸੀ ਸਾਰਾ ਕੰਮ ਵਗੈਰਾ ਕਰਕੇ, ਅਤੇ ਮੈਂ ਵੀ ਸੌ ਗਈ। ਫਿਰ ਉਸ ਤੋਂ ਬਾਅਦ ਡਾਕਟਰ ਨੇ ਦੱਸਿਆ ਕਿ ਹਾਂ ਵੀ ਨਨੂ ਠੀਕ ਹੈ, ਬਟ ਉਹਦੇ ਟੀਕੇ ਲੱਗਣੇ। ਐਕਚੁਲੀ ਦੇ ਵਿੱਚ ਆਪਾਂ ਟੀਕੇ ਤਾਂ ਸਾਰੇ ਲਗਵਾਏ ਹੋਏ ਨੇ ਉਹਦੇ, ਮਤਲਬ ਜਿਹੜੇ ਵੀ ਲਗਾਉਂਦੇ ਨੇ ਜਨਮ ਤੋਂ ਬਾਅਦ ਜੋ ਵੀ ਹੈ, ਹੈ ਨਾ, ਉਹ ਕਾਰਡ ਵਗੈਰਾ ਬਣਦਾ ਵਾ, ਉਹ ਸਰਕਾਰੀ ਅਸੀਂ ਸਾਰਾ ਕੁਛ ਲਗਵਾਇਆ ਹੋਇਆ ਸੀ, ਇੰਜੈਕਸ਼ਨ ਵਗੈਰਾ ਸਾਰੇ ਲੱਗੇ ਨੇ। ਬਟ ਉਹਨੂੰ ਜਿੱਦਾਂ ਤੁਸੀਂ ਦੇਖਿਆ ਕਿ ਉਹਨੂੰ ਪੀਲੀਆ ਸੀ, ਜੋਨਿਸ ਵਗੈਰਾ ਸੀ, ਅਤੇ ਡਾਕਟਰ ਨੇ ਉਹਦਾ ਕਾਰਡ ਮੰਗਿਆ ਵੀ ਕਾਰਡ ਲੈ ਕੇ ਉਹਦੇ ਦੁਆਰਾ ਟੀਕੇ ਇੰਜੈਕਸ਼ਨ ਵਗੈਰਾ ਜਿਹੜੇ ਨੇ ਉਹ ਲੱਗਣੇ ਨੇ, ਹੈ ਨਾ। ਪਰ ਮੇਨ ਗੱਲ ਇਹ ਹੈ ਕਿ ਉਹਦਾ ਕਾਰਡ ਜੋ ਹੈ ਉਹ ਲੱਭਦਾ ਨਹੀਂ ਪਿਆ ਟੀਕੇ ਵਾਲਾ,
ਤੇ 7 ਤਰੀਕ ਨੂੰ ਡਾਕਟਰ ਨੇ ਦੁਬਾਰਾ ਉਹਦੇ ਟੀਕੇ ਜਿਹੜੇ ਨੇ ਉਹ ਚੈੱਕ ਕਰਨੇ ਨੇ। ਪਲੀਜ਼ ਤੁਸੀਂ ਵੀ ਜਦੋਂ ਵੀ ਇੰਜੈਕਸ਼ਨ ਵਗੈਰਾ ਲਗਵਾਉਂਦੇ ਹੋ ਹੁਣ ਪਤਾ ਨਹੀਂ ਕੌਣ ਸਹੀ ਹੈ ਕੌਣ ਗਲਤ ਹੈ, ਸਰਕਾਰੀ ਵਾਲੇ ਸਹੀ ਹੈ ਜਾਂ ਇਹ ਪ੍ਰਾਈਵੇਟ ਵਾਲੇ ਸਹੀ ਹੈ। ਕਹਿ ਰਹੇ ਆ ਕਿ ਕੁਛ ਟੀਕੇ ਇਹਦੇ ਲੱਗੇ ਨਹੀਂ ਹੈ, ਬਟ ਜਦਕਿ ਅਸੀਂ ਸਾਰੇ ਮਤਲਬ ਸਰਕਾਰੀ ਉਹਦੇ ਵਿੱਚ ਲਗਵਾਏ ਹੋਏ ਹੈ ਨਾ, ਡਿਸਪੈਂਸਰੀ ਵਗੈਰਾ ਦੇ ਵਿੱਚ ਜਿਹੜੇ ਵੀ ਆਉਂਦੇ ਨੇ ਮਤਲਬ ਡਾਕਟਰਸ ਆਉਂਦੀਆਂ ਨੇ ਆਸ਼ਾ ਵਰਕਰਸ ਅੱਛੀ ਜਿਹੜੀਆਂ ਆਉਂਦੀਆਂ ਨੇ ਉਹਨਾਂ ਕੋਲੋਂ ਲਗਵਾਏ ਨੇ, ਬਟ ਉਹ ਡਾਕਟਰ ਕਹਿ ਰਹੇ ਸੀ ਇਹਦੇ ਲੱਗਣੇ ਆ ਟੀਕੇ, ਉਹ ਲੱਗੇ ਨਹੀਂ। ਹੁਣ ਪਤਾ ਨਹੀਂ ਉਹਨਾਂ ਨੇ ਕਿਹੜੇ ਟੀਕੇ ਲਗਾਏ ਨੇ ਅਤੇ ਇਹਨਾਂ ਨੇ ਕਿਹੜੇ ਲਗਾਉਣੇ ਨੇ। ਅਤੇ ਮੁੱਕਦੀ ਗੱਲ ਇਹ ਹੈ ਕਿ ਨੰਨੂ ਦਾ ਟੀਕਿਆਂ ਵਾਲਾ ਜਿਹੜਾ ਕਾਰਡ ਹੈ ਉਹ ਵੀ ਨਹੀਂ ਲੱਭ ਰਿਹਾ, ਉਹ ਲੱਭਣਾ ਮੈਂ। ਅਤੇ ਫਿਰ ਤੁਹਾਨੂੰ ਦੱਸਾਂਗੇ ਤੁਸੀਂ ਵੀ ਆਪਣੇ ਬੱਚੇ ਦੇ ਜੋੜੇ ਜਿਹੜੇ ਵੀ ਟੀਕੇ ਲੱਗੇ ਹੋਏ ਨੇ ਜਾਂ ਹੈ ਨਾ ਜਿਹੜੇ ਰਹਿੰਦੇ ਨੇ ਉਹ ਕਨਫਰਮ ਕਰ ਲਓ, ਕਿਉਂਕਿ ਪਤਾ ਨਹੀਂ ਹੁਣ ਮੈਨੂੰ ਨਹੀਂ ਪਤਾ ਵੀ ਕੌਣ ਸੱਚ ਕਹਿ ਰਿਹਾ ਕੌਣ ਝੂਠ, ਵੀ ਮਤਲਬ ਦੁਬਾਰਾ ਟੀਕੇ ਇੰਜੈਕਸ਼ਨ ਵਗੈਰਾ ਲਗਾਉਣੇ ਨੇ ਪ੍ਰਾਈਵੇਟ, ਵੀ ਉਹ ਟੀਕਾ ਲੱਗਿਆ ਨਹੀਂ ਸੀ ਜੋਨਿਸ ਵਗੈਰਾ ਦਾ। ਅਤੇ ਤੁਸੀਂ ਵੀ ਇੱਕ ਵਾਰੀ ਆਪਣੇ ਬੱਚਿਆਂ ਲਈ ਜ਼ਰੂਰ ਕਨਫਰਮ ਕਰਿਓ, ਠੀਕ ਹੈ ਜੀ, ਕਿ ਜਿਹੜੇ ਟੀਕੇ ਰਹਿੰਦੇ ਆਪਣੇ ਨਹੀਂ ਲੱਗਦੇ ਉਹ ਪ੍ਰਾਈਵੇਟ ਜਾ ਕੇ ਤੁਸੀਂ ਲਗਵਾਓ ਜ਼ਰੂਰ ਬੱਚਿਆਂ ਦੇ। ਅਤੇ ਅਸੀਂ ਵੀ ਹੁਣ ਲਗਵਾਉਣੇ ਆ ਨੰਨੂ ਦੇ, ਬਾਕੀ ਪਹਿਲਾਂ ਕਾਰਡ ਲੱਭ ਜਾਵੇ ਫਿਰ ਉਸ ਤੋਂ ਬਾਅਦ ਦੇਖਦੇ ਹਾਂ। ਅਤੇ ਬਾਕੀ ਅਪਡੇਟ ਇਹ ਹੈ ਕਿ ਨੰਨੂ ਹੁਣ ਸੌਂ ਗਈ ਹੈ, ਦਵਾਈ ਵਗੈਰਾ ਨਹੀਂ ਖਾਧੀ ਉਹਨੇ, ਅਤੇ ਜਿੱਦ ਕੀਤੀ ਹੋਈ ਸੀ ਕਹਿੰਦੇ ਮੈਨੂੰ ਚੋਕਲੇਟ ਅਤੇ ਚਿਪਸ ਲਿਆ ਕੇ ਦਿਉ, ਅਤੇ ਰੋਂਦੀ ਰੋਂਦੀ ਸੌਂ ਗਈ, ਆਪਾਂ ਨੂੰ ਚੋਕਲੇਟ ਚਿਪਸ ਨਹੀਂ ਦਿੱਤੇ ਅਤੇ ਦੇਣੇ ਵੀ ਨਹੀਂ ਹਾਲੇ, ਹੈ ਨਾ। ਅਤੇ ਮੰਮੀ ਵੀ ਲੰਮਾ ਪਏ ਹੋਏ ਨੇ, ਉਹ ਟੀ ਵੀ ਦੇਖ ਰਹੇ ਨੇ, ਅਤੇ ਮੈਂ ਬਸ ਟਾਈਮ ਇੱਦਾਂ ਹੀ ਕੱਢਤਾ ਸਾਰਾ, ਕਿਉਂਕਿ ਨੰਨੂ ਬਿਮਾਰ ਹੋਣ ਕਰਕੇ ਕਦੇ ਕੋਈ ਪਤਾ ਲੈਣ ਆ ਜਾਂਦਾ ਜਾਂ ਫੋਨ ਆ ਜਾਂਦਾ, ਉਹਦੇ ਵਿੱਚ ਸਾਰਾ ਟਾਈਮ ਜਿਹੜਾ ਉਹ ਮਤਲਬ ਚਲੇ ਜਾਂਦਾ, ਹੈ ਨਾ। ਅਤੇ ਮੈਂ ਵੈਸੇ ਵਲੋਗ ਬਣਾਉਣਾ ਸੀ, ਸ਼ੂਟ ਕਰਨਾ ਸੀ, ਪਰ ਕਰ ਨਹੀਂ ਪਾਈ ਕਿਉਂਕਿ ਕੋਈ ਆ ਗਏ ਸੀ ਅਤੇ ਫਿਰ ਕੰਮ ਵੀ ਪਿਆ ਸੀ। ਫਿਰ ਹੋਸਪਿਟਲ ਤੋਂ ਆ ਕੇ ਮੈਂ ਸਾਰਾ ਕੰਮ ਕੀਤਾ, ਅਤੇ ਫਿਰ ਉਸ ਤੋਂ ਬਾਅਦ ਰੈਸਟ ਕੀਤੀ, ਫਿਰ ਬੱਚੇ ਪੜ੍ਹਾਏ, ਫਿਰ ਨੰਨੂ ਨੂੰ ਦੇਖਿਆ, ਅਤੇ ਇੱਦਾਂ ਹੀ ਜਿਹੜਾ ਸਾਰਾ ਦਿਨ ਹੈ ਲੰਘ ਗਿਆ। ਹੁਣ ਟਾਈਮ ਤਕਰੀਬਨ ਸ਼ਾਮ ਦੇ 6:30 ਹੋ ਗਏ ਨੇ, ਠੀਕ ਹੈ ਜੀ। ਅਤੇ ਹੁਣ ਬਸ ਰੋਟੀ ਪਾਣੀ ਦਾ ਹੀ ਕੰਮ ਹੈ ਆਪਣਾ, ਫਿਰ ਬਾਕੀ ਅਪਡੇਟ ਤੁਹਾਨੂੰ ਬਾਅਦ ਵਿੱਚ ਦੇਵਾਂਗੇ। ਜੀ ਹੁਣ ਮੈਂ ਤਕਰੀਬਨ ਅੱਧੇ ਘੰਟੇ ਦੀ ਪੜ੍ਹਾਈ ਕੀਤੀ ਹੈ, 6:30 ਵਜੇ ਬੈਠੀ ਸੀ ਅਤੇ ਹੁਣ 7:10 ਹੋ ਗਏ, ਅਤੇ ਹੁਣ ਮੈਂ ਪਾਠ ਕਰਨ ਲੱਗੀ ਹਾਂ। ਪਾਠ ਕਰਨ ਤੋਂ ਬਾਅਦ ਫਿਰ ਮੈਂ ਮਤਲਬ ਡਿਨਰ ਦਾ ਮਤਲਬ ਰਾਤ ਦੇ ਖਾਣੇ ਦੀ ਪ੍ਰੈਪਰੇਸ਼ਨ ਕਰਾਂਗੀ। ਮੰਮੀ ਉੱਠ ਗਈਆਂ ਨੇ। ਨੰਨੂ ਓਏ ਨੰਨੂ ਨੰਨੂ ਰਾਤ ਨੂੰ ਨਹੀਂ ਸੋਣਾ ਤੂੰ ਓਏ ਕਾਕੇ ਨੰਨੇ ਆ ਦੇਖੀ ਵਲੋਗ ਬੰਦਾ ਵਿਆ ਉਹ ਨੰਨੇ ਤੇਰਾ ਵਲੋਗ ਬਣਾ ਲਿਆ ਮੈਂ ਛੁੱਤੀ ਛੁੱਤੀ ਦਾ ਸ਼ੇਮ ਸ਼ੇਮ ਰਾਤ ਨੂੰ ਕਾਕਾ ਸੁੱਤਾ ਪਿਆ ਵੇਖੀ ਇੱਧਰ ਓਹੋ ਮੈਨੂੰ ਲੱਗਦਾ ਫਿਰ ਇਹਨੇ ਕਾਂਟੇ ਜੇ ਮਾਰਦੇ ਹੈ ਦੀਵਾਰ ਤੇ। ਹਾਂਜੀ ਤੇ ਹੁਣ ਆਏ ਨੇ ਘਰੇ। ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ। ਮੇਰੀ ਗੱਲ ਸੁਣੋ, 9 ਵੱਜ ਗਏ, 9:15 ਹੋ ਗਏ, ਐਨੀ ਲੇਟ ਕਿੱਥੇ ਸੀ? ਕੰਮ ਸੀਗਾ ਯਾਰ। ਓਹੋ ਲੱਗੇ ਬਣਾ ਪੈ ਗਿਆ। ਓਹੋ ਇਹਦਾ ਤੁਹਾਨੂੰ ਪਤਾ ਹੀ ਹੈ 7:30 ਵਜੇ ਆਈ ਜਾਂ 7:30। ਸਹੀ ਗੱਲ ਹੈ। ਹਾਂ ਤੇ ਹੁਣ ਬਣਾਇਆ ਲੋ ਫਿਰ ਥੋੜਾ ਬਹੁਤਾ ਬਣਾਇਆ ਯਾਰ, ਫਿਰ ਆਈ ਜਾਂਦੇ ਨੇ, ਫਿਰ ਫੋਨ ਆਈ ਜਾਂਦੇ ਨੇ, ਫਿਰ ਔਖਾ ਹੋ ਜਾਂਦਾ ਨਾ। ਸ਼ਰਟ ਬੜੀ ਪਸੰਦ ਕੀਤੀ ਸਾਰਿਆਂ ਨੇ, ਹੈ ਕਾਫੀ ਜਣੇ ਨੇ ਕਿਹਾ ਵਾਹ ਕੈ ਸ਼ਰਟ ਹੈ। ਅੱਛਾ ਮੈਂ ਕਿਹਾ ਅੱਧਾ ਦੀ ਹੋਰ ਵੀ ਦੇਂਚਾ ਕੋਈ ਕਈਆਂ ਦਾ ਦੇਖਿਆ ਵਲੌਗ ਵਿੱਚ ਨੋਟਿਸ ਕੀਤਾ ਗਈਆਂ ਨੇ। ਹਾਂ ਅੱਛਾ ਅੱਛਾ ਤੇ ਬਾਕੀ ਅਲੇ ਉਹ ਤੇ ਤੁਸੀਂ ਪਾ ਕੇ ਨਹੀਂ ਗਏ ਰੰਗੀਲੀਆਂ ਜੀਆਂ, ਉਹ ਫਿਰ ਬਹੁਤ ਯਾਰ ਘੁੰਮਣ ਫਿਰਨ ਜਾਵੇ ਫੇਰ ਪਾ। ਹਾਂ ਠੀਕ ਹੈ ਠੀਕ ਹੈ ਜਾਵੇ ਮਜ਼ਾਕ ਉਡਾ ਰਹੀ ਸੀ ਪੈਲਰ ਪਾ ਕੇ ਗਏ ਸੀ
ਕੀ ਕਹਿੰਦੇ ਸੀ ਯਾਰ ਇਹਨੂੰ, ਭੁੱਲ ਗਏ ਆ ਤੁਸੀਂ? ਬੂਟ ਕੱਟ, ਮੈਨੂੰ ਤੇ ਕਹਿਣਾ ਨੀ ਆਦਾ, ਮੈਂ ਤੇ ਪੈਲਰ ਹੀ ਨਾਮ ਰੱਖਿਆ ਇਹਦਾ। ਨੰਨਾ ਲੁਕਿਆ ਹੋਇਆ ਮੇਰੇ ਕਰਕੇ। ਓਹੋ ਚਲੋ ਚਲੋ, ਅੱਜ ਜਿੱਦ ਕਰਦੀ ਨੀ ਸੀ। ਓਹੋ ਤੇ ਇਹ ਕੀ ਕਾਕਾ ਕਿਵੇਂ ਲੁਕ ਗਿਆ ਇੱਧਰ? ਪਤਾ ਨੀ ਆ। ਹੈਲੋ ਕਾਕੇ, ਕਿੱਥੇ ਆ ਕਾਕਾ ਮੇਰਾ, ਕਿੱਥੇ ਆ? ਨੰਨੂ ਤੇ ਗਿਆ ਹੋਇਆ। ਪਹਿਲਾਂ ਐਵੇਂ ਕਰਦੀ ਸੀ ਨਾ, ਲੁਕ ਜਾਂਦੀ ਹੁੰਦੀ ਸੀ ਛੋਟੀ ਹੁੰਦੀ। ਅੱਜ ਰੌਲਾ ਪਾਇਆ ਸੀ, ਰੋਂਦੀ ਵੀ ਸੀ, ਕਹਿੰਦੀ ਮੈਂ ਤੇ ਚਿਪਸ ਤੇ ਚੋਕਲੇਟ ਮੰਗਾ ਕੇ ਦੋ। ਅਸੀਂ ਘਰ ਆਏ ਆ 6 ਦਿਨਾਂ ਬਾਅਦ ਹਸਪੀਟਲ ਤੋਂ। ਹੋਰ ਹਲੇ ਜਾਣੇ ਆ ਆਪਾਂ, ਪਹੁੰਚਾਈਏ ਇਹਨੂੰ। ਅਸੀਂ ਚੈੱਕਅਪ ਕਰਾਉਣ ਗਏ ਸੀ ਨਾਲੇ, ਹਨ ਗਏ ਸੀ, ਹਾਂ ਦੱਸਿਆ ਮੈਂ, ਬਣਾਏ ਸੀ ਵਲੌਗ ਥੋੜਾ ਜਿਹਾ। ਸਨੇ ਪਾਣੀ ਥੋੜਾ ਧਿਆਨ ਨਾਲ, ਅੱਛਾ ਕੁਝ ਨਾ ਪੀਣਾ ਇਦਾਂ। ਹਾਂਜੀ ਤੇ ਨੰਨੂ ਹੁਣ ਦੇਖ ਲਓ ਕੀ ਖਾ ਰਹੀ ਹੈ ਬਾਬੂ। ਐਪਲ ਨੱਕ ਤੇਰੀ ਯਾਰ ਨੰਨੂ ਸਹੀ ਨਹੀਂ ਹੈਗੀ, ਸਾਫ ਨਹੀਂ ਹੈਗੀ, ਵਲੌਗ ਦੇ ਵਿੱਚ ਆ ਰਹੀ ਨੱਕ ਤੇਰੀ। ਅਤੇ ਅੱਧੀ ਰਾਤ ਤਾਂ ਹੋ ਗਈ ਹੈ, ਦੇਖ ਲਓ ਵੀ ਮੇਰੇ ਹਿਸਾਬ ਨਾਲ 10 ਸਵਾ 10 ਸਾਢੇ 10 ਹੋਣ ਵਾਲੇ ਨੇ, 11 ਵੱਜਣ ਵਾਲੇ ਨੇ। ਅਤੇ ਉਹ ਵਿਚਾਰੀ ਪਰੇ ਨੈਣਾ, ਉਹਨੂੰ ਦੇਖੋ ਬਿਠਾਇਆ ਹੋਇਆ ਨਾਲ, ਇਹਨੇ ਨਾ ਆਪ ਸੌਂਦੀ ਨਾ ਉਹਨੂੰ ਸੌਣ ਦਿੰਦੀ, ਵੀ ਕਹਿੰਦੀ ਮੇਰੇ ਨਾਲ ਖੇਡ। ਮੰਮੀ ਪਾਪਾ ਵੀ ਸੌ ਗਏ ਨੇ। ਸੌ ਗਏ ਨੇ ਕਹਿੰਦੀ ਤੇਰੀ ਮੰਮੀ ਡੈਡੀ ਸੱਚੀ ਸੌ ਗਏ ਨੇ। ਅਤੇ ਹੁਣ ਆਪਾਂ ਨਾ ਇਹਨੂੰ ਵਲੌਗ ਨੂੰ ਐਂਡ ਕਰ ਦਈਏ ਫਿਰ ਆਪਾਂ ਹੁਣ, ਹੈਂਜੀ। ਅਤੇ ਹੁਣ ਆਪਾਂ ਅਗਲਾ ਫਿਰ ਵਲੌਗ ਬਣਾਵਾਂਗੇ ਸਵੇਰੇ, ਠੀਕ ਹੈ ਜੀ, ਹੈ ਨਾ। ਸਵੇਰੇ ਕਾਫੀ ਜਣਿਆਂ ਨੇ ਆਉਣਾ, ਪ੍ਰਾਹੁਣਿਆਂ ਨੇ ਆਉਣਾ ਸਾਡੇ ਘਰ, ਕਾਫੀ ਜਣਿਆਂ ਨੇ ਆਉਣਾ ਨੰਨੂ ਦਾ ਪਤਾ ਲੈਣ ਵਾਸਤੇ, ਹੈ ਨਾ। ਅਤੇ ਫਿਰ ਵਧੀਆ ਵਧੀਆ ਚੀਜ਼ਾਂ ਖਾਣ ਪੀਣ ਵਾਲੀਆਂ ਲੈ ਕੇ ਆਉਣੀਆਂ ਨੰਨੂ ਵਾਸਤੇ ਵੀ। ਅਤੇ ਕਿੰਨੇ ਕਿੰਨੇ ਆਉਣਾ ਬਾਬੇ? ਚੱਲ ਫਿਰ ਹੁਣ ਆਪਾਂ ਵਲੌਗ ਨੂੰ ਐਂਡ ਕਰ ਦਈਏ, ਠੀਕ ਹੈ। ਉਹ ਵੀ ਆਣਗੇ, ਚੱਲ ਫਿਰ ਠੀਕ ਹੈ। ਹੁਣ ਫਿਰ ਆਪਾਂ ਇਹਨੂੰ ਵਲੌਗ ਫਿਰ ਆਪਾਂ ਨਵਾਂ ਵਲੌਗ ਬਣਾਵਾਂਗੇ ਜਦੋਂ ਆਉਣਗੇ ਸਾਰੇ, ਠੀਕ ਹੈ ਨਾ। ਅਤੇ ਹੁਣ ਆਪਾਂ ਇਸ ਵਲੌਗ ਨੂੰ ਆਪਾਂ ਐਂਡ ਕਰ ਦਿੰਦੇ ਹਾਂ, ਠੀਕ ਹੈ। ਚੱਲ ਕਰਦੇ ਫਿਰ ਐਂਡ ਫਿਰ। ਹਾਂਜੀ ਸਰ, ਨਹੀਂ ਪਹਿਲਾਂ ਬੋਲ ਕੇ ਕਰਨਾ ਕਿ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਮਿਲਦੇ ਹਾਂ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ। ਅੱਗੇ ਅੱਗੇ ਦਾ ਜ਼ਰੂਰ ਦੇਖਿਓ, ਲਾਈਕ ਕਰ ਦਿਓ, ਲਾਈਕ ਕਰ ਦਿਓ, ਸਬਸਕ੍ਰਾਈਬ ਕਰ ਦਿਓ, ਵੀਡੀਓ ਨੂੰ ਜ਼ਰੂਰ ਦੇਖਿਓ, ਨਾ ਭੁੱਲਿਓ ਦੇਖਣਾ। ਹਾਂਜੀ ਬਾਏ ਬਾਏ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਹੱਥ ਬਾਅਦ ਰੱਖੀ ਪਹਿਲਾਂ, ਸਤਿ ਸ਼੍ਰੀ ਅਕਾਲ ਬਰਾ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਚਲੋ ਹੁਣ ਹੱਥ ਰੱਖਦੇ।